ਪੰਜਾਬੀ ਗਾਇਕੀ ਨੂੰ ਦੁਨੀਆਂ 'ਚ ਲੈ ਜਾਣ ਵਾਲੇ ਗੁਰਦਾਸ ਮਾਨ ਨੇ। ਉਹ ਗਾਣਾ ਦੇਖ ਕੇ ਤਾਂ ਮੈਂ ਰੋ ਪਈ ਸੀ, ਈਵਨ ਮੈਂ ਬਲੱਡ ਪ੍ਰੈਸ਼ਰ ਗੋਟ ਸ਼ੋਟ ਬਿਕੋਜ਼ ਆਈ ਜਸਟ ਫੈਲ ਕਿ ਹੀ ਇਜ਼ ਯੂ ਨੋ ਹੀ ਇਜ਼ ਐਕਸਪਲੇਨਿੰਗ ਹਿਸ ਸਿਚੁਏਸ਼ਨ। ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਕਿ ਮੈਂ ਸੈਕਿੰਡ ਕਸ਼ਮੀਰੀ ਪੰਡਿਤ ਸਿੱਖ ਹਾਂ। ਵਰਿੰਦਰ ਜੀ ਦਾ ਅਚਾਨਕ ਡੈਥ ਤੋਂ ਬਾਅਦ ਇੱਕ ਸਕੇਅਰ ਸਾ ਆ ਗਿਆ ਕਿ ਪੰਜਾਬੀ ਫਿਲਮਾਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਹੈ ਨਾ। ਇਸ ਦੈਟ ਟਾਈਮ ਵੈਰੀ ਮੱਚ ਨੋਨ ਹੈ ਪੰਜਾਬ ਦੀ ਸ਼੍ਰੀਦੇਵੀ। ਮੈਨੂੰ ਐਕਟਿੰਗ ਲੱਗਦਾ ਸੀ ਕਿ ਮੈਂ ਐਕਟਿੰਗ ਸਭ ਕੁਝ ਕਰ ਸਕਦੀ ਹਾਂ, ਬਟ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਨਹੀਂ, ਯੂ ਆਰ ਨੋਟ ਡੂਇੰਗ ਦ ਰੋਮੈਂਟਿਕ ਸੀਨਸ ਵੈਲ। ਅਤੇ ਉਹਨਾਂ ਨੇ ਫਿਰ ਮੈਨੂੰ ਤਕੀਆ ਲੈ ਕੇ ਨਾ ਪਕੜ ਕੇ ਸਿਖਾਇਆ ਕਿ ਤੁਹਾਡੀ ਆਈਜ਼ ਨਾ ਜੀਮੀ ਲੱਗਣੀ ਚਾਹੀਦੀ ਸੀ, ਇੱਥੇ ਆ ਕੇ ਪਾੜ ਕੇ ਨਾ ਦੇਖੀ ਰਹੋ ਨੂੰ। 20 ਸਾਲ ਤੱਕ ਤੁਸੀਂ ਪਰਦੇ ਤੇ ਰਾਜ ਕੀਤਾ ਪੰਜਾਬੀ ਸਿਨੇਮਾ ਦੇ, ਇੰਨਾ ਸਮਾਂ ਬਹੁਤ ਘੱਟ ਅਦਾਕਾਰਾਂ ਹੋਣਗੀਆਂ ਜੇ ਮੈਂ ਕਹਾਂ ਕਿਸੇ ਨੂੰ ਮਿਲਦਾ। ਮੈਨੂੰ ਲੱਗਦਾ ਕਿ ਹਿੰਦੀ ਵਿੱਚ ਸ਼ਾਇਦ ਕਲਾਕਾਰਾਂ ਨੇ ਬਹੁਤ ਜ਼ਿਆਦਾ ਟਾਈਮ ਦਿੱਤਾ ਹੈ, ਕਾਵੇਕਾ ਸਾਰਿਆਂ ਨੇ, ਬਟ ਪੰਜਾਬੀ ਸਕਰੀਨ 'ਤੇ ਆਈ ਥਿੰਕ ਮੇਰਾ ਸਭ ਤੋਂ, ਬਿਕੋਜ਼ ਮੇਰੇ ਤੋਂ ਪਹਿਲਾਂ ਇੰਦਰਾ ਬਿੱਲੀ, ਨਿਸ਼ੀ ਜੀ ਔਰ ਭਾਵਨਾ ਭੱਟ ਔਰ 2-4 ਐਕਟਰਸਿਸ ਸੀਗੇ। ਆਈ ਥਿੰਕ ਮੈਂ ਸਭ ਤੋਂ ਜ਼ਿਆਦਾ ਟਾਈਮ ਐਜ਼ ਹੀਰੋਇਨ ਰਹੀ 82 to 2001 2। ਇੰਨਾ ਲੰਬਾ ਸਮਾਂ ਤੁਸੀਂ ਕੱਢਿਆ ਪੰਜਾਬੀ ਸਿਨੇਮਾ ਦੇ ਵਿੱਚ, ਉਸ ਤਰ੍ਹਾਂ ਦੀਆਂ ਫਿਲਮਾਂ ਤੁਸੀਂ ਕਰੀਆਂ ਜਾਂ ਲੋਕਾਂ ਦੇ ਮਨ 'ਚ ਤੁਸੀਂ ਵਸੇ? ਮੈਂ ਉਸ ਵੇਲੇ ਹਿੰਦੀ ਫਿਲਮਾਂ ਵੀ ਕਰ ਰਹੀ ਸੀ, 80s 90, ਕਿੱਥੇ ਜਾ ਕੇ 94-95 'ਚ ਆਈ ਥਿੰਕ ਜਾਂ 91-92 'ਚ ਮੈਂ ਛੱਡਤੀ ਹਿੰਦੀ। ਕਿਉਂ ਛੱਡੀ? ਬਿਕੋਜ਼ ਪੰਜਾਬੀ ਫਿਲਮਾਂ 'ਚ ਮੈਂ ਹੀਰੋਇਨ ਓਰੀਐਂਟਡ ਕਰ ਰਹੀ ਸੀ, ਐਂਡ ਮੈਨੂੰ ਜਿੰਨਾ ਪਿਆਰ ਇੱਥੇ ਪੰਜਾਬੀਆਂ ਨੇ ਦਿੱਤਾ ਨਾ, ਮੈਨੂੰ ਇੰਨਾ ਮਤਲਬ ਆਈ ਫੈਲ ਸੋ ਵਾਂਟਡ, ਐਂਡ ਬਹੁਤ ਹੀ ਮਤਲਬ ਮੇਰੀ ਅਟੈਚਮੈਂਟ ਪੰਜਾਬ 'ਚ ਗਰੋ ਹੋ ਗਈ ਵਿਦ ਦ ਪੀਪਲ ਕਿ ਮੈਂ ਸੋਚਿਆ ਨਹੀਂ ਆ, ਮੇਰੇ ਲੋਕਾਂ ਨੂੰ ਨਹੀਂ ਲੱਗਣਾ ਚਾਹੀਦਾ ਕਿ ਮੈਂ ਹਿੰਦੀ ਫਿਲਮਾਂ 'ਚ ਸੈਕਿੰਡ ਲੀਡਸ ਕਰ ਰਹੀ ਹਾਂ, ਇਸ ਕਰੀਏ ਮੈਂ ਇੱਥੇ ਮੇਨ ਹੀਰੋਇਨ ਹਾਂ। ਅਤੇ ਫਿਰ ਮੈਂ ਹਿੰਦੀ ਛੱਡਤੀ 23 ਫਿਲਮਾਂ ਬਾਅਦ, 23 ਹਿੰਦੀ ਮੈਂ ਕੀਤੀ ਹੈ। ਅਮਿਤਾਭ, ਰਾਜੇਸ਼ ਖੰਨਾ ਜੀ, ਧਰਮ ਜੀ, ਜਤਿੰਦਰ ਜੀ ਸਾਰਿਆਂ ਨਾਲ ਕੰਮ ਕੀਤਾ। ਫਿਰ ਪੰਜਾਬੀ ਫਿਲਮਸ 'ਤੇ ਇੱਕ ਦੌਰ ਆਇਆ ਅਤੇ ਮੈਂ ਸੋਚਿਆ ਨਹੀਂ ਆ, ਮੈਂ ਹੀਰੋਇਨ ਇੰਨੇ ਸਾਲ ਰਹੀ, ਮੈਂ ਹੁਣ ਹੀਰੋਇਨ ਨਹੀਂ ਕਰ ਸਕਦੀ, ਔਰ ਨਾ ਹੀ ਮੈਂ ਉਸ ਵੇਲੇ ਮਾਂ ਦਾ ਕਰ ਸਕਦੀ ਸੀ ਰੋਲ ਜਾਂ ਕੋਈ ਹੋਰ ਰੋਲ, ਬਿਕੋਜ਼ ਮੈਂ ਉਨੀ ਵੀ ਵੱਡੀ ਨਹੀਂ ਸੀ ਔਰ ਉਨੀ ਵੀ ਛੋਟੀ। ਅਤੇ ਫਿਰ ਮੈਂ ਥੋੜ੍ਹਾ ਛੱਡ ਦਊ ਉਹਨੂੰ, ਕੁਛ ਹੋਰ ਕਰ ਦਿਆਂ। ਅਤੇ ਆਈ ਗੋਟ ਇਨ ਟੂ ਬਿਜ਼ਨਸ ਐਂਡ ਬਿਜ਼ਨਸ ਇਜ਼ ਸਕਸੈਸਫੁਲ। ਫਿਰ ਮੰਮੀ ਵਾਸ ਪ੍ਰੈਸ਼ਰਾਈਜ਼ਿੰਗ ਵੀ ਮੈਨੂੰ ਕਿ ਤੁਸੀਂ ਵਿਆਹ ਕਰੋ ਬੇਟਾ, ਵਿਆਹ ਕਰੋ ਤੁਹਾਡਾ। ਮੈਂ ਕਿਹਾ ਮੇਰੇ ਭੈਣ ਭਰਾ ਨੇ ਇੰਨੇ, ਮੈਨੂੰ ਕੀ ਲੋੜ ਹੈ? ਅਤੇ ਮੈਂ ਨਹੀਂ ਨਹੀਂ ਮੰਮੀ ਅਤੇ ਮੇਰੀ ਦੁਨੀਆ ਹੀ ਨਹੀਂ ਛੱਡ ਰਹੀ ਸੀ ਪ੍ਰੋਮਿਸ ਲਈ ਬਗੈਰ ਨਾ ਕਿ ਵਿਆਹ ਕਰੋ। ਅਤੇ ਫਿਰ 14 ਈਅਰਸ ਬੈਕ ਮੈਂ ਵਿਆਹ ਕਰਵਾਇਆ, ਮੇਰੇ ਹਸਬੈਂਡ ਆਰਕੀਟੈਕਟ ਨੇ, ਰੀਆ ਰਹਿਣੇ ਹੋ ਗਏ, ਫਿਰ ਮਦਰ ਕਮਿਟਮੈਂਟ ਹੋ ਜਾਂਦੀ ਹੈ ਔਰ ਧੀਆਂ ਨੇ, ਅਤੇ ਬੰਦੇ ਨੂੰ ਲੱਗਦਾ ਕਿ ਨਹੀਂ ਆ ਮੈਂ ਆਪਣੀ ਧੀਆਂ ਨੂੰ ਛੱਡ ਕੇ ਨਹੀਂ ਜਾ ਸਕਦੀ। ਹੁਣ ਦੇ ਆਰ 13 ਈਅਰਸ, ਕਾਫੀ ਇੰਟੈਲੀਜੈਂਟ ਕੁੜੀਆਂ ਨੇ ਬਾਏ ਦਾ ਗ੍ਰੇਸ ਆਫ ਗੋਡ। ਅਤੇ ਹੁਣ ਮੈਂ ਮਤਲਬ ਦੇ ਆਰ ਅੰਡਰਸਟੈਂਡਿੰਗ ਉਹ ਦਾਦੀ ਨਾਲ ਨੇ। ਰੀਸੈਂਟਲੀ ਗੁਰਦਾਸ ਮਾਨ ਜੋ ਕਿ ਤੁਹਾਡੇ ਬਹੁਤ ਕਰੀਬੀ ਵੀ ਰਹੇ, ਕੋ ਐਕਟਰ ਵੀ ਰਹੇ, ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ, ਤੁਸੀਂ ਵੇਖਿਆ? ਨਾ ਯਾਦ ਦਿਲਾਓ, ਮੈਂ ਰੋ ਪਈ ਸੀ ਉਹ ਦੇਖ ਕੇ। ਨਾ ਡੋਂਟ, ਬਟ ਵਾਸ ਵੈਰੀ ਸੈਡ ਕਿਉਂਕਿ ਗੁਰਦਾਸ ਮਾਨ ਜੀ ਨੇ ਪੰਜਾਬੀ ਗਾਇਕੀ ਨੂੰ ਦੁਨੀਆਂ 'ਚ ਲੈ ਜਾਣ ਵਾਲੇ ਗੁਰਦਾਸ ਮਾਨ ਨੇ, ਪੂਰੇ ਦੁਨੀਆਂ 'ਚ ਉਹਨਾਂ ਨੇ ਪੰਜਾਬੀ ਗਾਇਕੀ ਨੂੰ
ਪਹੁੰਚਾਇਆ ਔਰ ਪੰਜਾਬੀ ਜ਼ੁਬਾਨ ਨਾਲ ਬਹੁਤ ਪਿਆਰ ਕਰਦੇ, ਕਿੰਨਾ ਸੋਹਣਾ ਲਿਖਦੇ ਆ ਤੁਸੀਂ ਦੇਖੋਗੇ ਉਹਨਾਂ ਦੀ ਕੋਈ ਮਤਲਬ ਲਿਖਾਈ ਵਿੱਚ ਨੋ ਚੀਪਨੈਸ ਵਲਗੈਰਿਟੀ ਨਥਿੰਗ ਐਂਡ ਬਹੁਤ ਫੈਕਟ 'ਤੇ ਲਿਖਦੇ ਆ, ਬਹੁਤ ਸੋਹਣੇ ਰਾਈਟਰ ਨੇ, ਬਹੁਤ ਰੱਬ ਨੇ ਉਹਨਾਂ ਨੂੰ ਬਹੁਤ ਚੰਗੀ ਆਵਾਜ਼ ਦਿੱਤੀ ਹੈ ਜੀ, ਅਤੇ ਹੀ ਇਜ਼ ਵਨ ਆਫ ਦ ਫਾਈਨੈਸਟ ਮੈਨ ਆਈ ਹੈਵ ਮੈਟ। ਉਹ ਗਾਣਾ ਦੇਖ ਕੇ ਤਾਂ ਮੈਂ ਰੋ ਪਈ ਸੀ, ਈਵਨ ਮਾਈ ਬਲੱਡ ਪ੍ਰੈਸ਼ਰ ਗੋਟ ਸ਼ੋਟ ਬਿਕੋਜ ਆਈ ਜਸਟ ਫੈਲ ਕਿ ਹੀ ਇਜ਼ ਯੂ ਨੋ ਹੀ ਇਜ਼ ਐਕਸਪਲੇਨਿੰਗ ਹਿਸ ਸਿਚੁਏਸ਼ਨ ਵਿੱਚ ਆਈ ਡੋਂਟ ਥਿੰਕ ਸੋ ਹੀ ਡਿਜ਼ਰਵਸ ਟੂ ਡੂ ਦੈਟ। ਨਹੀਂ ਆਈ ਡੋਂਟ ਥਿੰਕ ਸੋ, ਮਾਨ ਸਾਹਿਬ ਆਈ ਨੋ ਹਿਮ ਫਰੋਮ ਪਾਸਟ 35 ਈਅਰਸ, ਆਈ ਡੋਂਟ ਥਿੰਕ ਸੋ ਕਿ ਹੀ ਕੈਨ ਮੀਨ ਐਨੀਥਿੰਗ ਯੂ ਨੋ ਅਗੇਂਸਟ ਪੰਜਾਬੀ ਸੱਭਿਆਚਾਰ, ਪੰਜਾਬੀ ਜ਼ੁਬਾਨ, ਐਨੀਥਿੰਗ। ਹੀ ਇਜ਼ ਡੈਡੀਕੇਟਿਡ ਹਿਜ ਲਾਈਫ ਟੂ ਪੰਜਾਬੀ। ਸਿੱਧੂ ਮੂਸੇਵਾਲਾ ਵੀ ਤੁਸੀਂ ਪਤਾ ਤੁਹਾਨੂੰ ਕੀ ਹੋਇਆ ਰੀਸੈਂਟਲੀ? ਵੈਰੀ ਸੈਡ ਬਿਕੋਜ ਦੈਟ ਇਜ਼ ਵੈਰੀ ਸੈਡ। ਆਈ ਰਿਮੈਂਬਰ ਵੈਨ ਆਈ ਵੈਂਟ ਫੋਰ ਜਗਜੀਤ ਸਿੰਘ ਐਂਡ ਚਿਤਰਾ ਸਿੰਘ, ਇਫ ਆਈ ਹੈਡ ਦ ਟਾਈਮ ਆਈ ਵੁੱਡ ਹੈਵ ਗੋਨ ਟੂ ਮੀਟ ਹਿਸ ਪੇਰੈਂਟਸ ਜਸਟ ਫੋਰ ਦਿਸ ਥਿੰਗ ਦੈਟ ਇੱਕ ਮਾਂ ਪਿਓ ਲਈ, ਮੈਂ ਖੁਦ ਮਾਂ ਹਾਂ ਨਾ, ਅਤੇ ਮੈਂ ਸਮਝ ਸਕਦੀ ਹਾਂ ਉਹਨਾਂ ਦੇ ਮਾਤਾ ਦਾ, ਉਹਨਾਂ ਦੇ ਪਿਤਾ ਦਾ ਗਮ ਕਿੰਨਾ, ਮਤਲਬ ਤੁਹਾਡਾ ਓਨਲੀ ਚਾਈਲਡ ਯੂ ਨੋ ਇਫ ਯੂ ਲੂਜ਼ ਤੁਹਾਡਾ ਕੀ ਹਾਲ ਹੋਊਗਾ, ਉਹਦੇ ਬਾਅਦ ਜ਼ਿੰਦਗੀ ਕੀ ਮਾਇਨੇ ਰੱਖੀ। ਸੋ ਆਮ ਮੈਂ ਉਹਨਾਂ ਦੇ ਗਮ ਵਿੱਚ ਸ਼ਰੀਕ ਹਾਂ। ਬਹੁਤ ਦੁਖਦ ਨਿਊਜ਼ ਸੀਗੀ। ਤੁਹਾਡੇ ਮਦਰ ਅਤੇ ਫਾਦਰ ਦੋਵੇਂ ਹੀ ਐਕਟਰ ਸੀਗੇ ਬੋਲੀਵੁੱਡ ਦੇ ਵਿੱਚ, ਇਸੇ ਲਈ ਤੁਹਾਡਾ ਵੀ ਸ਼ੁਰੂ ਤੋਂ ਇੰਟਰਸਟ ਰਿਹਾ ਫਿਲਮਾਂ ਵੱਲ? ਮੇਰਾ ਪੂਰਾ ਪਰਿਵਾਰ ਹੀ ਫਿਲਮ ਵਿੱਚ ਹੈ। ਮੇਰੀ ਸਿਸਟਰ ਹੈ ਜਿਹਨੇ ਸਾਜਨ ਲਿਖੀ ਸੀ, ਮੇਰਾ ਬ੍ਰਦਰ ਤੇਜ ਸਪਰੂ ਡੂਇੰਗ ਵੈਰੀ ਮੈਨੀ ਥਿੰਗਸ, ਸੀਰੀਅਲਸ, ਫਿਲਮਸ, ਵੈਬ ਸੀਰੀਜ਼ ਟਚੋਡ, ਐਂਡ ਯੰਗੈਸਟ ਬ੍ਰਦਰ ਇਜ਼ ਆਲਸੋ ਡੂਇੰਗ, ਹੀ ਐਕਟਡ ਇਨ ਫਿਊ ਫਿਲਮਸ ਐਂਡ ਇਜ਼ ਸਟਿਲ ਡੂਇੰਗ। ਤੁਹਾਡੇ ਮਦਰ ਫਾਦਰ ਸਪੋਰਟਿਵ ਸੀਗੇ ਤੁਹਾਡੇ ਫਿਲਮਾਂ ਵਿੱਚ ਜਾਣ ਲਈ? ਨਾ ਨਾ ਨਾ, ਫਾਦਰ ਨਹੀਂ ਸੀ ਕਿ ਫਾਦਰ ਚਾਹੁੰਦੇ ਸੀ ਮੈਂ ਪੜ੍ਹਾਂ ਔਰ ਡਾਕਟਰ ਬਣਾ। ਅੱਛਾ। ਮਦਰ ਚਾਹੁੰਦੇ ਸੀ ਕਿਉਂਕਿ ਮਦਰ ਡਾਂਸਰ ਸੀਗੇ ਐਂਡ ਮਦਰ ਨਿਊ ਕਿ ਮੇਰੀ ਸਿਸਟਰ ਅਤੇ ਮੇਰੇ ਵਿੱਚ ਆਪਾਂ ਦੋਹਾਂ ਵਿੱਚੋਂ ਮੈਂ ਗੁੱਡ ਡਾਂਸਰ ਹਾਂ। ਅੱਛਾ। ਅਤੇ ਮੰਮੀ ਨੂੰ ਇਹ ਸੀਗਾ ਕਿ ਜਿਹੜਾ ਮੇਰਾ ਟੈਲੈਂਟ ਇਹਦੇ ਵਿੱਚ ਆਇਆ, ਸ਼ੀ ਸ਼ੁੱਡ ਯੂ ਨੋ ਬੀ ਲਾਈਕ ਸ਼ੋ ਹਰ ਟੈਲੈਂਟ। ਤੁਸੀਂ ਵੀ ਕਲਾਸੀਕਲ ਡਾਂਸ ਕੀਤਾ? ਮੈਂ ਨਹੀਂ, ਮੈਂ ਕਥਕ ਨਹੀਂ ਸਿੱਖਿਆ। ਮੈਨੂੰ ਮਦਰ ਨੇ ਨਾ ਡੈਡੀ ਚਾਹੁੰਦੇ ਸੀ ਨਾ ਕਿ ਮੈਂ ਐਕਟਿੰਗ ਕਰਾਂ, ਅਤੇ ਇਸ ਲਈ ਮੈਨੂੰ ਟ੍ਰੇਨ ਹੀ ਨਹੀਂ ਕੀਤਾ ਕਿਸੇ ਨੇ। ਤੁਹਾਨੂੰ ਆਪਣੀ ਪਹਿਲੀ ਫਿਲਮ ਦਾ ਪਹਿਲਾ ਦਿਨ ਉਹ ਯਾਦ ਹੈ ਸੈੱਟ 'ਤੇ? ਕਿਉਂਕਿ ਤੁਸੀਂ ਸਿਰਫ 13 ਸਾਲ ਦੇ ਸੀਗੇ, ਯੂ ਨੋ ਆਈ ਕੈਨ ਇਮੈਜਿਨ ਕਿ ਪਹਿਲੀ ਫਿਲਮ। ਮੇਰਾ ਤਾਂ ਇਹ ਸੀ ਕਿ ਮੈਂ ਪਹਿਲੇ ਸ਼ੂਟਿੰਗ ਕਰ ਰਹੀ ਹਾਂ, ਅਤੇ ਮੈਂ ਜਿਹੜਾ ਚਾਈਲਡ ਆਰਟਿਸਟ ਸੀ ਨਾ ਉਹਦੇ ਨਾਲ ਮੇਰੀ ਬਣਦੀ ਸੀ। ਅੱਛਾ। ਹੀਰੋ ਤਾਂ ਬਹੁਤ ਵੱਡਾ ਹੋ ਗਿਆ ਨਾ ਸਾਰੇ, ਮੈਂ ਤਾਂ ਚਾਈਲਡ ਆਰਟਿਸਟ ਨਾਲ ਜਾ ਕੇ ਹੋਟਲ ਦੀ ਘੰਟੀਆਂ ਵਜਾ ਵਜਾ ਕੇ ਕਮਰਿਆਂ ਦੀ ਭੱਜਦੀ ਸੀ। ਰੀਅਲੀ? ਯੈਸ। ਸੋ ਵੀ ਵਰ ਡੂਇੰਗ ਦੈਟ ਇਨ ਦਾ ਹੋਟਲ ਵਿਦ ਦਾ ਚਾਈਲਡ ਆਰਟਿਸਟ। ਸੋ ਇੱਕ ਤਰਫ ਤਾਂ ਤੁਸੀਂ ਇਹ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਇੱਕ ਮੈਚਿਓਰ ਹੀਰੋ ਦੇ ਨਾਲ ਤੁਸੀਂ ਸੈੱਟ 'ਤੇ ਰੋਮਾਂਸ ਕਰ ਰਹੇ ਹੋ। ਸੋ ਇਹ ਇੰਨਾ ਡਿਫਰੈਂਸ ਤੁਸੀਂ ਕਿਵੇਂ ਮੈਨੇਜ ਕੀਤਾ? ਹਾਂਜੀ, ਬਿਕੋਜ਼ ਸੀ ਬ੍ਰੇਨ ਵਾਜ਼ ਦੈਟ ਚਾਈਲਡ, but my personality grew up to be, because my father was very big built and tall na, mere father saab looked like a Russian. Oh. So mainu na unna di personality aa gayi. To when I was 13 I was 5'4" and a half, I only grew 2 inches after that. okha lagya tonu romance karna?
ਹਾਂ ਹਾਂ ਨੈਚੁਰਲੀ ਰੁਮੈਨ ਨੇ ਮੈਨੂੰ ਐਕਟਿੰਗ ਲੱਗਦਾ ਸੀ ਕਿ ਮੈਂ ਐਕਟਿੰਗ ਸਭ ਕੁਛ ਕਰ ਸਕਦੀ ਹਾਂ, ਬਟ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਨਹੀਂ, ਯੂ ਆਰ ਨੋਟ ਡੂਇੰਗ ਦ ਰੋਮੈਂਟਿਕ ਸੀਨਸ ਵੈਲ, ਅਤੇ ਉਹਨਾਂ ਨੇ ਫਿਰ ਮੈਨੂੰ ਤਕੀਆ ਲੈ ਕੇ ਨਾ ਪਕੜ ਕੇ ਸਿਖਾਇਆ ਕਿ ਤੁਹਾਡੀ ਆਈਜ਼ ਨਾ ਜੀਮੀ ਲੱਗਣੀ ਚਾਹੀਦੀ ਸੀ, ਅਸੀਂ ਆਖੇ ਪਾੜ ਕੇ ਨਾ ਦੇਖੀ ਰਹੋ ਨਾ, ਸੋ ਆਈ ਮੀਨ ਇਟ ਵਾਜ਼ ਨਾਈਸ ਲਰਨਿੰਗ, ਹੀ ਵਾਜ਼ ਮਾਈ ਫਸਟ ਗੁਰੂ ਮਾਈ ਫਾਦਰ। ਸੋ ਫਿਰ ਤੁਸੀਂ ਪੰਜਾਬੀ ਸਿਨੇਮਾ ਵੱਲ ਕਿਵੇਂ ਆਏ, ਕਿਉਂਕਿ ਤੁਸੀਂ ਹਿੰਦੀ ਸਿਨੇਮਾ ਵਿੱਚ ਵਧੀਆ ਕੰਮ ਕਰ ਰਹੇ ਸੀ, ਇੱਥੇ ਤੁਹਾਡਾ ਕਿਵੇਂ ਆਉਣਾ ਹੋਇਆ? ਮੇਰੀ ਫਾਦਰ ਦੀ ਡੈਥ ਹੋਈ, ਮੈਂ ਉਹ ਫਿਲਮ ਕੀਤੀ ਲਾਵਾਰਿਸ, ਲਾਵਾਰਿਸ ਦੀ ਸ਼ੂਟਿੰਗ ਤੋਂ ਜਦ ਮੈਂ ਲੌਟੀ ਅਤੇ ਵੀਰੇਂਦਰ ਜੀ ਧਰਮਿੰਦਰ ਜੀ ਦੇ ਜਿਹੜੇ ਕਜ਼ਨ ਬ੍ਰਦਰ ਨੇ, ਧਰਮਿੰਦਰ ਜੀ ਦੀ ਫੈਮਿਲੀ ਨਾਲ ਅਸੀਂ ਵੈਰੀ ਕਲੋਜ਼ ਸੀਗੇ, ਅਤੇ ਵੀਰੇਂਦਰ ਜੀ ਮੈਨੂੰ ਹਮੇਸ਼ਾ ਪੁੱਛਦੇ ਸੀ, ਉਹ ਜਦ ਮੈਂ ਲਾਵਾਰਿਸ ਦੀ ਸ਼ੂਟਿੰਗ 'ਤੇ ਗਈ, ਆਈ ਥਿੰਕ ਉਹਨਾਂ ਦੀ ਫਿਲਮ ਲੰਬਰਦਾਰ ਨਹੀਂ ਲੱਗੀ, ਅਤੇ ਉਹਨਾਂ ਨੇ ਕਿਹਾ ਪ੍ਰੀਤੀ ਤੂੰ ਮੇਰੀ ਲੰਬਰਦਾਰ ਨਹੀਂ ਕਿਉਂ ਨਹੀਂ ਕੀ, ਅਭੀ ਮੇਰੀ ਸਰਪੰਚ ਤੂੰ ਯੂ ਨੋ ਡੂ, ਅਤੇ ਮੈਂ ਉਹਨਾਂ ਦੀ ਬ੍ਰਦਰ ਇਨ ਲਾਅ ਦੀ ਫਿਲਮ ਕਰ ਰਹੀ ਸੀ, ਕੀਤੀ ਸੀ ਹਬਾਰੀ, ਅਤੇ ਫਿਰ ਮੈਂ ਵੀਰੇਂਦਰ ਜੀ ਨੂੰ ਕਿਹਾ ਅੱਛਾ ਕਿੰਨੇ ਦਿਨ ਦਾ ਕੰਮ ਹੈ, ਚਲੋ ਪੰਜਾਬ ਦੇਖ ਲਵਾਂਗੀ ਨਾ, ਤੋ ਹੀ ਸੈਡ 10 ਦਿਨਾਂ ਦਾ ਕੰਮ ਹੈ, ਤੋ ਮੈਂ ਸੋਚਿਆ ਮੈਂ ਵੱਡੀ ਹਿੰਦੀ ਫਿਲਮਾਂ ਕਰ ਰਹੀ ਹਾਂ, ਉਹ ਇੱਕ ਦਿਨ ਵਿੱਚ 2 ਦਿਨ ਵਿੱਚ ਇੱਕ ਸੀਨ ਸ਼ੂਟ ਕਰਦੇ ਆ, ਇੱਕ ਸੀਨ ਇੱਕ ਦਿਨ ਕਰਦੇ ਆ, ਮੈਨੂੰ ਨਹੀਂ ਪਤਾ ਸੀ 10 ਦਿਨ ਵਿੱਚ ਵੀਰੇਂਦਰ ਜੀ 4-5 ਗਾਣੇ ਸ਼ੂਟ ਕਰ ਲੈਣਗੇ, ਕਲਾਈਮੈਕਸ ਸ਼ੂਟ ਕਰ ਲੈਣਗੇ, ਅਤੇ ਮੈਂ ਹੀਰੋਇਨ ਹੋ ਗਈ ਫਿਲਮ ਦੀ, ਮੈਨੂੰ ਲੱਗਿਆ ਸੀ ਮੈਂ ਸਪੈਸ਼ਲ ਅਪੀਅਰੈਂਸ ਲਈ ਜਾ ਰਹੀ ਹਾਂ, ਐਂਡ ਉਹ ਫਿਲਮ ਬਹੁਤ ਵੱਡੀ ਹਿੱਟ ਹੋ ਗਈ ਸੀ। ਤੁਹਾਨੂੰ ਪੰਜਾਬੀ ਬੋਲਣੀ ਆਉਂਦੀ ਸੀ ਉਸ ਤੋਂ ਪਹਿਲਾਂ? ਨਹੀਂ, ਮੇਰੇ ਨਾ ਜਦ ਉਸ ਤੋਂ ਪਹਿਲਾਂ ਕਦੇ ਬੋਲੇ ਨਹੀਂ ਸੀ ਮੈਂ, ਜਦ ਉਹਨਾਂ ਨੇ ਮੈਨੂੰ ਡਾਇਲੋਗਸ ਲਿਖ ਕੇ ਦਿੱਤੇ ਉਹ ਵੀ ਰੋਮਨ ਵਿੱਚ ਸੀਗੇ, ਅਤੇ ਮੈਂ ਯਾਦ ਕਰ ਜਦ ਮੈਂ ਕੁਛ ਨੈਚੁਰਲੀ ਪ੍ਰੋਬੇਬਲੀ ਜਦ ਮੈਂ ਮੈਨੂੰ ਡਾਇਲੋਗਸ ਦਿੱਤੇ ਮੈਂ ਬੋਲੇ, ਅਤੇ ਉਹਨਾਂ ਨੇ ਕਿਹਾ ਕਿ ਨਾ ਪ੍ਰੀਤੀ ਤੁਹਾਡਾ ਐਕਸੈਂਟ ਬਹੁਤ ਅੱਛਾ, ਤੁਸੀਂ ਪੰਜਾਬੀ ਨਾ ਬਹੁਤ ਸੋਹਣੀ ਬੋਲ ਰਹੇ ਹੋ। ਪਹਿਲਾਂ ਮੈਂ ਕਹਿੰਦੇ ਮੈਂ ਸੋਚ ਰਿਹਾ ਸੀ ਕਿ ਆਪਦੀ ਆਵਾਜ਼ ਨਾ ਮੈਂ ਡਬਿੰਗ ਕਰਾਊਂਗਾ, ਬਟ ਤੁਹਾਨੂੰ ਬੋਲਦੇ ਮਤਲਬ ਸੁਣਦੇ ਮੈਨੂੰ ਲੱਗ ਰਿਹਾ ਕਿ ਨਹੀਂ ਤੁਸੀਂ ਆਪ ਹੀ ਆਪਣੀ ਡਬਿੰਗ ਕਰੋ। ਵੀਰੇਂਦਰ ਜੀ ਦੇ ਨਾਲ ਮੈਂ ਕਾਫੀ ਫਿਲਮਾਂ ਕੀਤੀਆਂ ਜਿਹੜੀ ਸਾਰੀ ਬੜੀ ਕਾਮਯਾਬ ਰਹੀਆਂ। ਉਹਦੇ ਬਾਅਦ ਵੀਰੇਂਦਰ ਜੀ ਦਾ ਅਚਾਨਕ ਡੈਥ ਤੋਂ ਬਾਅਦ ਇੱਕ ਸਕੇਸ ਆ ਗਿਆ ਕਿ ਪੰਜਾਬੀ ਫਿਲਮਾਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਹੈ ਨਾ, ਦੈਨ ਮੈਂ ਇਹ ਸੋਚਿਆ ਕਿ ਜਿਨ ਅਸੀਂ ਨਹੀਂ ਕਰੀਏ ਤਾਂ ਸਾਰਾ ਉਹ ਐਫਰਟ ਵੀਰੇਂਦਰ ਜੀ ਦਾ ਉਹ ਜਿਹੜੀ ਕੁਰਬਾਨੀ ਪੰਜਾਬੀ ਇੰਡਸਟਰੀ ਲਈ ਕੰਮ ਕਰਦੇ ਚਲੇ, ਮੈਂ ਕਿਹਾ ਉਹ ਅਧੂਰੀ ਰਹਿ ਜਾਣੀ ਹੈ। ਅਤੇ ਮੈਂ ਉਸ ਟਾਈਮ 'ਤੇ ਆਪਣੇ ਸਾਰੇ ਜੋ ਕੁਛ ਮੇਰੇ ਪਾਸ ਪੈਸੇ ਸੀ, ਯਾਦ ਤੱਕ ਕਿ ਮੇਰੀ ਮਦਰ ਦੀ ਜੁਐਲਰੀ ਮੌਰਗੇਜ ਕਰਕੇ ਵੀ ਮੈਂ ਫਿਲਮ ਬਣਾਈ ਹੈ ਕੁਰਬਾਨੀ ਜੱਟ ਦੀ, ਬਟ ਉਹ ਬਹੁਤ ਸਕਸੈਸਫੁਲ ਫਿਲਮ ਸੀ, ਮੇਰੇ ਪੈਸੇ ਮੈਂ ਬਣਾਏ ਉਸ ਫਿਲਮ 'ਚ, ਅਤੇ ਮੈਂ ਸੈਕਿੰਡ ਬਣਾਈ ਮਹਿੰਦੀ ਸ਼ਕਲਾਂ ਦੀ, ਫਿਰ ਸਰਦਾਰੀ, ਪ੍ਰਤਿਗਿਆ, ਮੁਕੱਦਰ, ਕਾਫੀ 13 ਸੀਰੀਅਲਸ ਵੀ ਮੈਂ ਬਣਾਏ ਦੂਰਦਰਸ਼ਨ ਲਈ ਪੰਜਾਬੀ। ਉਸ ਵੇਲੇ ਦਾ ਜਿਹੜਾ ਪੰਜਾਬ ਸੀ ਅਤੇ ਹੁਣ ਦਾ ਜਿਹੜਾ ਪੰਜਾਬ ਹੈ ਉਸ 'ਚ ਤੁਹਾਨੂੰ ਕੀ ਫਰਕ ਲੱਗ ਰਿਹਾ? ਆ ਬਹੁਤ ਚੇਂਜ ਹੋ ਗਿਆ, ਬਹੁਤ ਚੇਂਜ, ਵੱਡਾ ਚੇਂਜ ਆਇਆ। ਦੈਟ ਟਾਈਮ ਅਸੀਂ ਟੈਕਨੀਕਲੀ ਵੀ ਵਰ ਡਿਫਰੈਂਟ, ਨੋ ਵੀ ਯੂਜ਼ ਟੂ ਸ਼ੂਟ, ਐਂਡ ਨਾਓ ਐਵਰੀਥਿੰਗ ਇਜ਼ ਕੰਪਿਊਟਰਾਈਜ਼, ਸੋ ਦ ਟੈਕਨੀਕ ਹੈਜ਼ ਚੇਂਜਡ, ਸੋ ਦੈਟ ਇਜ਼ ਚੇਂਜ। ਅਰਲੀਅਰ ਕੁੜੀਆਂ ਇੰਨੀ ਨਹੀਂ ਆਉਂਦੀਆਂ ਸੀ ਫਿਲਮਾਂ 'ਚ, ਇਨ ਜਰਨਲਿਜ਼ਮ ਐਂਡ ਐਵਰੀਥਿੰਗ, ਨਾਓ ਦੇਰ ਇਜ਼ ਲੋਟਸ ਆਫ ਯੂ ਨੋ ਗਰਲਸ ਯਾ ਵਿਮੈਨ, ਅਤੇ ਅੱਛਾ ਲੱਗ ਰਿਹਾ, ਚੰਗਾ ਹੈ, ਬਿਕੋਜ਼ ਆਈ ਥਿੰਕ ਵਿਮੈਨ ਸ਼ੁੱਡ ਬੀ ਗਿਵਨ ਈਕੁਅਲ ਅਪੋਰਚੁਨਿਟੀ। ਜੇ ਆਪਾਂ ਉਸ ਵੇਲੇ ਦੀ ਗੱਲ ਕਰੀਏ, ਪੰਜਾਬ ਦੀ ਹੀਰ, ਪੰਜਾਬ ਦੀ ਐਸ਼ਵਰਿਆ ਰਾਏ,
ਪੀਪਲ ਸਟਿਲ ਕਮੈਂਟ ਯੂ ਨੋ ਔਨ ਯੋਰ ਵੀਡੀਓਸ ਦੈਟ ਟਾਈਮ ਵੈਰੀ ਮਚ ਨੋਨ ਐਜ਼ ਪੰਜਾਬ ਦੀ ਸ਼੍ਰੀਦੇਵੀ ਸ਼੍ਰੀਦੇਵੀ ਅੱਛਾ ਦੈਟ ਦੇ ਯੂਜ਼ ਟੂ ਕਾਲ ਉਦੋਂ ਦਾ ਕੋਈ ਕੋਈ ਕਿੱਸਾ ਤੁਹਾਨੂੰ ਯਾਦ ਹੈ ਤੇ ਜੇ ਹੁਣ ਉਸ ਬਾਰੇ ਉਸ ਵਕਤ ਬਾਰੇ ਸੋਚਦੇ ਹੋ ਤਾਂ ਕੀ ਸੋਚਦੇ ਹੋ ਕੀ ਯਾਦ ਆਉਂਦਾ ਮੈਨੂੰ ਤੇ ਬਹੁਤ ਐਸੇ ਕਿੱਸੇ ਯਾਦ ਹੈ ਮੇਰੀ ਨਾ ਬਹੁਤ ਫੈਨਸ਼ਿਪ ਸੀ ਵੈਨ ਆਈ ਵਾਸ ਅ ਹੀਰੋਇਨ ਆਈ ਰਿਮੈਂਬਰ ਆਈ ਹੈਡ ਫੈਨਸ ਹੂ ਯੂਜ਼ ਟੂ ਰਾਈਟ ਡੇਲੀ ਲੈਟਰਸ ਯੂ ਨੋ ਮੇਲਸ to write to me for 5 years one person from Sangrur wrote me a letter every day unne kitho mera number le liya phir unne mujhe mainu kiya ki mera ye letter jehda main paya na ye tusi zarur pad lena bahut zaruri hai phir oh letter main khol ke padhya te ode vich unne likhya si ki mere parents meri zabardasti vyah kara rahe ne tusi bacha lo mainu it is so sweet then I wrote him reply in 5 years I gave one reply to him ਐਂਡ ਆਈ ਸੈਡ ਮਾਂ ਪਿਓ ਬੱਚਿਆਂ ਦਾ ਬੈਸਟ ਸੋਚਦੇ ਆ ਐਂਡ ਤੁਹਾਡੇ ਮਾਂ ਪਿਓ ਤੁਹਾਡੀ ਵਿਆਹ ਕਰਨਾ ਚਾਹੁੰਦੇ ਚੰਗੀ ਗੱਲ ਹੈ ਇਹ ਤੁਹਾਨੂੰ ਕਰਨਾ ਚਾਹੀਦਾ ਉਸ ਵੇਲੇ ਤੁਹਾਨੂੰ ਬਹੁਤ ਰਿਸ਼ਤੇ ਆਉਂਦੇ ਹੋਣਗੇ ਪੰਜਾਬੀਆਂ ਦੇ ਮੈਨੂੰ ਤਾਂ ਬਹੁਤ ਰਿਸ਼ਤੇ ਮੈਨੂੰ ਓਵਰਸੀਜ਼ ਤੋਂ ਵੀ ਇੰਨੇ ਇੰਡੀਆ ਤੋਂ ਵੀ ਇੰਨੇ ਬਟ ਕਿਤੇ ਮੇਰੇ ਮਾਇੰਡ 'ਚ ਨਹੀਂ ਸੀਗਾ ਉਹ ਮੇਰੀ ਇੱਕ ਅਲੱਗ ਜਰਨੀ ਨਾ ਸ਼ੁਰੂ ਹੋ ਗਈ ਸੀ ਮੈਂ ਗੁਰੂ ਸਾਹਿਬ ਦੇ ਮਤਲਬ ਬਹੁਤ ਗੁਰਦੁਆਰੇ ਘੁੰਮ ਰਹੀ ਸੀ ਮੈਂ ਬਹੁਤ ਐਕਸਪੀਰੀਅੰਸ ਕੀਤਾ ਮੈਨੂੰ ਲੱਗਿਆ ਜਿਵੇਂ ਵਾਹਿਗੁਰੂ ਨੇ ਮੈਨੂੰ ਚੁਣਿਆ ਇੱਕ ਮੈਸੇਜ ਲਈ ਪਹੁੰਚਾਉਣ ਲਈ ਸਾਰਿਆਂ ਅਤੇ ਮੈਂ ਕਸ਼ਮੀਰੀ ਪੰਡਿਤਾਂ ਨੂੰ ਨਾ ਇਕੱਠੇ ਕਰਕੇ ਅਸੀਂ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਥੇ ਅਰਦਾਸ ਕਰਨ ਲਈ ਅਨੰਦਪੁਰ ਸਾਹਿਬ ਜਿੱਥੇ ਕਿ 500-600 ਸਾਲ ਪਹਿਲੇ ਕਸ਼ਮੀਰੀ ਪੰਡਿਤ ਗਏ ਸੀ ਨਾ ਕਿ ਸਾਨੂੰ ਬਚਾਓ ਸਾਨੂੰ ਜਬਰਨ ਸਾਡਾ ਧਰਮ ਬਦਲ ਰਹੇ ਨੇ ਅਤੇ ਉਹ ਉਸ ਥਾਂ 'ਤੇ ਮੈਂ 700 ਕਸ਼ਮੀਰੀ ਪੰਡਿਤ ਨੂੰ ਲੈ ਕੇ ਗਈ ਅਰਦਾਸ ਕੀਤੀ ਕਿ ਸਾਨੂੰ ਹੁਣ ਤੱਕ ਅਸੀਂ ਵਾਹਿਗੁਰੂ ਬਸੇ ਨਹੀਂ ਹਾਂ ਸਾਨੂੰ ਤੁਸੀਂ ਕਸ਼ਮੀਰੀ ਪੰਡਿਤਾਂ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਅਤੇ ਅਸੀਂ ਤੁਹਾਡਾ ਮਤਲਬ ਪ੍ਰਚਾਰ ਨਹੀਂ ਕੀਤਾ ਬਾਕੀ ਹਿੰਦੂਆਂ 'ਚ ਅਤੇ ਤੁਸੀਂ ਮਤਲਬ ਉੱਥੇ ਜਾ ਕੇ ਸਾਡੇ ਜਿਹੜੇ ਪੂਜਾ ਕਰਦੇ ਨਾ ਸਾਡੇ ਪੰਡਿਤ ਜਿਹੜੇ ਹੁੰਦੇ ਉਹਨਾਂ ਉੱਥੇ ਗਏ ਸੀਗੇ ਗੁਰੂ ਉਹ ਗੁਰੂ ਨੇ ਬਹੁਤ ਉੱਥੇ ਮਤਲਬ ਉਸ 'ਚ ਉਸ ਥਾਂ 'ਤੇ ਜਿੱਥੇ ਕਸ਼ਮੀਰੀ ਪੰਡਿਤ ਗਏ ਸੀ ਉੱਥੇ ਜਾ ਕੇ ਅਰਦਾਸ ਕੀਤੀ ਅਸੀਂ ਪੱਥਰ ਵੀ ਲਾ ਕੇ ਆਏ ਹਾਂ ਉੱਥੇ ਕਸ਼ਮੀਰ ਗੁਰੂ ਤੇਗ ਬਹਾਦਰ ਪੰਥੀ ਕਸ਼ਮੀਰੀ ਪੰਡਿਤ ਅਤੇ ਉਹ ਫਿਰ ਉੱਥੇ ਲਾ ਕੇ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਕਿ ਮੈਂ ਸੈਕਿੰਡ ਕਸ਼ਮੀਰੀ ਪੰਡਿਤ ਸਿੱਖ ਹਾਂ ਪਹਿਲੇ ਕਿਰਪਾ ਰਾਮ ਜੀ ਸੀ ਜਿਹਨਾਂ ਜਿਹੜੇ ਸ਼ਹੀਦ ਹੋਏ ਸੀ 40 ਮੁਕਤਿਆਂ 'ਚ ਨਾ ਆਈ ਐਮ ਬੋਰਨ ਇਨ ਕਸ਼ਮੀਰੀ ਪੰਡਿਤ ਫੈਮਲੀ ਫਾਦਰ ਇਜ਼ ਅ ਕਸ਼ਮੀਰੀ ਪੰਡਿਤ ਮਾਈ ਮਦਰ ਇਜ਼ ਅ ਸਾਊਥ ਇੰਡੀਅਨ ਅਤੇ ਆਈ ਹੈਵ ਇਨ ਮਾਈ ਲਾਈਫ ਬੀਂਗ ਅਟੈਚ ਟੂ ਪੰਜਾਬ ਮੈਨੂੰ ਅੱਜ ਕੋਈ ਪੁੱਛੇ ਨਾ ਤਾਂ ਮੈਨੂੰ ਸਭ ਤੋਂ ਜ਼ਿਆਦਾ ਸਿੱਖ ਧਰਮ 'ਚ